ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸ਼ਹੀਦ ਜੋੜ ਮੇਲ ਦੇ ਦੂਸਰੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਰਕ ਤੇ ਮੱਥਾ ਟੇਕਿਆ ਅਤੇ ਮਾਤਾ ਗੁਜਰੀ ਲੰਗਰ ਹਾਲ ਵਿੱਚ ਬੈਠ ਕੇ ਲੰਗਰ ਵੀ ਛਕਿਆ। ਦੇਖੋ, ਇਹ ਤਾਂ ਸਾਡੇ ਇਤਿਹਾਸ ਦਾ ਇੱਕ ਬਹੁਤ ਗਹਿਰੀ ਇੱਕ ਗਹਿਰਾ ਬੜਾ ਮੈਂ ਕੀ ਕਹਿਣਾ ਇਹੋ ਜਿਹਾ ਵਾਕਿਆਤ ਹੋਇਆ ਚਮਕੌਰ ਸਾਹਿਬ ਔਰ ਫਤਿਹਗੜ੍ਹ ਸਾਹਿਬ ਜਿਹੜਾ ਕੋਈ ਵੀ ਨਹੀਂ ਭੁੱਲ ਸਕਦਾ। ਕੁਰਬਾਨੀਆਂ ਇਹੋ ਜਿਹੀਆਂ ਹੋਈਆਂ ਨੇ ਔਰ ਅੱਜ ਲਾਗ ਦੇਖ ਲਓ ਕਿੰਨੇ ਸਾਲ ਹੋ ਗਏ ਔਰ ਕਿਸ ਤਰੀਕੇ ਨਾਲ ਲੋਕ ਅੱਜ ਦਰਸ਼ਨ ਕਰਨ ਆਏ ਨੇ। ਕੈਪਟਨ ਸਾਹਿਬ, ਸਿਆਸੀ ਕਾਨਫਰੰਸ ਨਹੀਂ ਹੋਈਆਂ, ਇਸ ਬਾਰੇ ਤੁਸੀਂ ਅਪੀਲ ਕੀਤੀ ਸੀ ਬਹੁਤ। ਹਾਂ, ਮੈਂ ਇਹਦੇ ਨਾਲ ਸਹਿਮਤ ਹੈ, ਬਿਲਕੁਲ ਨਹੀਂ ਹੋਣੀ ਚਾਹੀਦੀ। ਇਹ ਸ਼ਹੀਦੀ ਜੋੜ ਮੇਲਾ, ਇਹਦੇ ਵਿੱਚ ਕੋਈ ਅਸੀਂ ਕਿਤੇ ਵੀ ਸਿਆਸੀ ਜੋੜ ਮੇਲਿਆਂ 'ਚ ਅਸੀਂ ਨਹੀਂ ਕਰਾਂਗੇ। ਇਹ ਜਿਹੜੇ ਸ਼ਹੀਦੀ ਜੋੜ ਮੇਲੇ, ਰਾਜੀਵ ਗਾਂਧੀ ਤੇ ਬਹੁਤ ਸਿਆਸਤ ਹੋ ਰਹੀ ਹੈ, ਬੁੱਤ ਨੂੰ ਲੈ ਕੇ ਕਾਲ ਖਮਲੀ ਜਾ ਰਹੀ ਹੈ। ਦੇਖੋ ਗੱਲ ਸੁਣੋ, 34 ਸਾਲ ਹੋ ਗਏ ਨੇ 84 ਨੂੰ ਜੀ। ਸਾਰੀ ਦੁਨੀਆ ਨੂੰ ਪਤਾ ਹੈ ਰਾਹੁਲ ਗਾਂਧੀ ਜੀ ਜਿੱਦੇ ਨੇ ਵਾਕਿਆਤ ਹੋਇਆ ਬਿਹਾਰ ਦੇ ਇੱਕ ਬੰਗਾਲ ਦੇ ਇੱਕ ਏਅਰਪੋਰਟ ਤੇ ਬੈਠੇ ਸੀ ਜੀ। ਰਾਹੁਲ ਗਾਂਧੀ ਜੀ ਸਕੂਲ ਦੇ ਵਿੱਚ ਪੜ੍ਹਦੇ ਸੀ ਜੀ। ਸੁਖਬੀਰ ਬਾਦਲ ਅਮਰੀਕਾ ਪੜ੍ਹ ਰਿਹਾ ਸੀ ਜੀ। ਮਜੀਠਾ ਇੱਥੇ ਕਦੇ ਪੜ੍ਹ ਰਿਹਾ ਸੀ, ਪਟਿਆਲੇ ਪਤਾ ਨਹੀਂ ਕਿੱਥੇ ਜੀ ਜੀ। ਔਰ ਅੱਜ ਇਹਨਾਂ ਨੂੰ 34 ਸਾਲ ਬਾਅਦ ਯਾਦ ਆਇਆ, ਸਿਰਫ ਸਿਆਸਤ ਖੇਲ ਰਹੇ ਨੇ ਜੀ। ਫਤਿਹਗੜ੍ਹ ਸਾਹਿਬ ਲਈ ਕੋਈ ਅੱਜ ਵੱਡਾ ਐਲਾਨ, ਕੋਈ ਕੁਝ, ਕਿਉਂਕਿ ਪਿਛਲੀ ਵਾਰ ਵੀ ਤੁਸੀਂ ਆਏ ਸੀ, ਕੁਝ ਅਧੂਰੇ ਰਹਿ ਗਏ ਨੇ ਹਾਲੇ ਵੀ ਵਾਅਦੇ? ਕੋਈ ਅਧੂਰੇ ਨਹੀਂ ਰਹੇ, ਕੋਈ ਇੱਕ ਅਧੂਰਾ ਨਹੀਂ ਰਿਹਾ ਜੀ। ਸਾਰੇ ਪੂਰੇ ਹੋ ਗਏ ਜੋ ਪਿਛਲੀ ਵਾਰ ਕੀਤੇ ਸੀ ਜੀ। ਔਰ ਜਿਹੜੇ ਅੱਗੇ ਸਾਡੇ ਐਮ ਐਲ ਏ ਸਾਹਿਬ ਚਾਹੁੰਦੇ ਨੇ ਜੀ, ਉਹ ਆਪਣੀ ਪੰਚਾਇਤ ਇਲੈਕਸ਼ਨ ਮੁੱਕਣ ਦਿਓ, ਰਿਕਾਰਡ ਖਤਮ ਹੋਣ ਦਿਓ, ਫਿਰ ਹਾਂ ਇੱਕ ਅੱਜ ਮੰਗ ਹੋਈ ਹੈ ਐਮ ਐਲ ਏ ਸਾਹਿਬ ਤੋਂ ਕਿ ਬੰਦਾ ਬਹਾਦਰ ਸਾਹਿਬ ਜੀ ਦੇ ਨਾਮ ਤੇ ਇੱਕ ਚੌਂਕ ਬਣੇ, ਉਹ ਬਣਾਵਾਂਗੇ। ਮੋਦੀ ਸਾਹਿਬ ਕਦੋਂ ਤੱਕ ਮਿਲੇਗਾ? ਫਤਿਹਗੜ੍ਹ ਪੁੱਛਣ ਦੀ ਲੋੜ ਹੈ ਤਾਂ ਹੈ ਹੀ ਸਾਰੀ ਸ੍ਰੀ ਫਤਿਹਗੜ੍ਹ ਸਾਹਿਬ ਕੀ ਦਰਜਾ, ਕੋਈ ਦਰਜਾ ਦਿੰਦੇ ਹੋ ਤੁਸੀਂ ਗੁਰੂਆਂ ਦੇ ਗੁਰਦੁਆਰਿਆਂ ਨੂੰ? ਉਹਦਾ ਸਾਰੇ ਸ੍ਰੀ ਕਰਤਾਰਪੁਰ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸਾਰੇ ਸ੍ਰੀ ਨੇ। ਕੈਪਟਨ ਸਾਹਿਬ, ਮੋਦੀ ਸਾਹਿਬ ਆ ਰਹੇ ਨੇ 3 ਜਨਵਰੀ ਨੂੰ ਲੋਕ ਸਭਾ ਦਾ ਆਗਾਜ਼ ਪੰਜਾਬ ਤੋਂ ਕਰਨ ਜਾ ਰਹੇ ਨੇ, ਕੀ ਕਹੋਗੇ? ਬਹੁਤ ਤੋਂ ਕਰਨ, ਫਿਰ ਉਹ ਸਿਆਸੀ ਪਾਰਟੀ ਦੇ ਮੁਖੀ ਨੇ, ਕਰਨ ਜਿੱਥੇ ਮਰਜ਼ੀ। ਅਸੀਂ ਜੰਗ ਵਾਸਤੇ ਤਿਆਰ ਹੈ ਬਸ। ਇਸ ਦੇ ਚਲਦਿਆਂ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ, ਬੇਟੇ ਅਤੇ ਬੇਟੀ ਨਾਲ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੋਈ ਵੀ ਰਾਜਨੀਤਿਕ ਗੱਲ ਕਰਨ ਤੋਂ ਇਨਕਾਰ ਕੀਤਾ। ਨਿੱਕੇ ਨਿੱਕੇ ਲਾਲਾ ਨੇ ਜਿਨ੍ਹਾਂ ਨੇ ਇੰਨੀ ਵੱਡੀਆਂ ਸ਼ਹਾਦਤਾਂ ਦਿੱਤੀਆਂ, ਇੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀ, ਅੱਜ ਉਹਨਾਂ ਦੀ ਕੁਰਬਾਨੀ ਨੂੰ ਨਮਨ ਕਰਨ ਵਾਸਤੇ, ਉਹਨਾਂ ਦੀ ਬਹਾਦਰੀ ਨੂੰ, ਉਹਨਾਂ ਦੇ ਭਰੋਸੇ ਨੂੰ, ਅਤੇ ਧੰਨ ਮਾਤਾ ਗੁਜਰ ਕੌਰ ਜੀ ਦੀ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਰਹੀ ਆ। ਸਮੂਹ ਪਰਿਵਾਰ ਸਮੇਤ ਇੱਥੇ ਪਹੁੰਚਿਆ, ਗੁਰੂ ਸਾਹਿਬ ਦੇ ਨਤਮਸਤਕ ਹੋ ਕੇ ਰੋਮ ਰੋਮ 'ਤੇ ਉਹਨਾਂ ਦਾ ਨਮਨ ਕਰਨ ਵਾਸਤੇ ਕਿ ਇੰਨੀ ਵੱਡੀ ਸ਼ਹਾਦਤਾਂ, ਇੰਨੀ ਵੱਡੀ ਕੁਰਬਾਨੀਆਂ ਸਦਕਾ ਅੱਜ ਸਿੱਖ ਕੌਮ ਹਲ ਫੁੱਲ ਰਹੀ ਆ, ਉਹਨਾਂ ਦੀ ਬਹੁਤ ਵੱਡੀ ਦੇਣ। ਚਲੋ, ਸ਼ਹੀਦੇ ਜੋੜ ਮੇਲੇ ਚੱਲ ਰਹੇ ਆ, ਲੱਖਾਂ ਦੀ ਤਾਦਾਦ ਸੰਗਤ ਇੱਥੇ ਆ ਰਹੀ ਹੈ, ਬਹੁਤ ਨੌਜਵਾਨ ਪੀੜ੍ਹੀ ਇੱਥੇ ਆ ਰਹੀ ਹੈ, ਅਤੇ ਜਿਹੜੀ ਸੰਗਤ ਇੱਥੇ ਆ ਰਹੀ ਹੈ ਪੜ੍ਹਨ ਕਰਕੇ ਜਾਏ ਕਿ ਗੁਰੂ ਸਾਹਿਬਾਨ ਦੇ ਦੱਸੇ ਹੋਏ ਰਸਤੇ 'ਤੇ ਆਪਾਂ ਚੱਲਣਾ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਹੋ। ਜ਼ਰੂਰ ਕਰਾਂਗੇ, ਅਸੀਂ ਕੋਈ ਕਮੈਂਟ ਨਹੀਂ ਕਰਨਾ, ਅੱਜ ਕੋਈ ਕਮੈਂਟ ਨਹੀਂ ਕਰਨਾ।